ਤੁਹਾਡਾ ਕੀ ਨਾਮ ਹੈ ਤੇ ਕਿਹੜੇ ਸਕੂਲ ਦੇ ਵਿੱਚ ਤੁਸੀਂ ਟੀਚਿੰਗ ਕਰ ਰਹੇ ਹੋ ਤੇ ਤੁਹਾਨੂੰ ਕਿਹੜਾ ਅਵਾਰਡ ਮਿਲਿਆ ਸਰ ਮੇਰਾ ਨਾਮ ਰਸ਼ਪਾਲ ਕੌਰ ਹੈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਖੰਨਾਟ ਵਿੱਚ 2009 ਦੀ ਸੇਵਾ ਨਿਭਾ ਰਹੀ ਹਾਂ ਸਪੈਸ਼ਲ ਬੱਚਿਆਂ ਨੂੰ ਟੀਚ ਕਰਦੀ ਹੈ ਜੀ ਮੈਨੂੰ ਅੱਜ ਸਪੈਸ਼ਲ ਸਟੇਟ ਅਵਾਰਡ ਮਿਲਿਆ ਜੀ ਜਿਹੜੇ ਮੇਰੇ ਬੱਚਿਆਂ ਨਾਲ ਟੀਚ ਕਰਦੀ ਹਾਂ ਜੀ ਉਹਨਾਂ ਬੱਚਿਆਂ ਦੀਆਂ ਪ੍ਰਾਪਤੀਆਂ ਦੇ ਮੁੱਖ ਰੱਖਦੇ ਹੋਏ ਉਸ ਅਕੋਰਡਿੰਗਲੀ ਮੈਨੂੰ ਸੀਐਮ ਸਾਹਿਬ ਸਿੱਖਿਆ ਮੰਤਰੀ ਸਾਹਿਬ ਨੇ ਮੈਨੂੰ ਇਸ ਅਵਾਰਡ ਲਈ ਸਨਮਾਨਿਤ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜੀ ਸਾਡੇ ਸਕੂਲ ਸਟਾਫ ਮੈਂਬਰ ਦਾ ਮੈਨੂੰ ਬਹੁਤ ਸਹਿਯੋਗ ਹੈ ਸਾਡੇ ਸਤਵੀਰ ਸਿੰਘ ਰੋਣੀ ਜੀ ਸਾਡੇ ਹੈੱਡ ਸਰ ਨੇ ਉਹਨਾਂ ਦਾ ਬਹੁਤ ਸਹਿਯੋਗ ਹੈ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਮੈਨੂੰ ਮੈਂ ਅੱਜ ਇਸ ਮੰਚ 'ਤੇ ਖੜੀ ਹਾਂ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਮੈਂ ਸਰ 2009 ਤੋਂ ਹਾਂ 14 ਸਾਲ ਹੋ ਗਏ ਜੀ ਮੈਨੂੰ ਇਸ ਸਕੂਲ ਦੇ ਵਿੱਚ ਮੈਡਮ ਕੀ ਕਿਸ ਚੀਜ਼ ਨੂੰ ਸਾਰਾ ਸਭ ਤੋਂ ਵੱਧ ਮੰਗਦੇ ਵੀ ਕਿਉਂ ਜਿਹੜੇ ਤੁਹਾਨੂੰ ਅਵਾਰਡ ਮਿਲਿਆ ਕਿਸ ਦੇ ਪਿੱਛੇ ਤੁਹਾਡੇ ਮਤਲਬ ਫੇਵਰ ਕੀ ਰਹੀ ਸਰ ਜਿਹੜੇ ਸਾਡੇ ਸਪੈਸ਼ਲ ਬੱਚੇ ਨੇ ਜੀ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਸਾਡੇ ਬੱਚੇ ਗੋਲਡ ਮੈਡਲ ਜਿੱਤ ਕੇ ਲੈ ਕੇ ਆਏ ਨੇ ਸਪੋਰਟਸ ਦੇ ਵਿੱਚ ਕਲਚਰ ਐਕਟੀਵਿਟੀ ਦੇ ਵਿੱਚ ਭਾਰਤ ਓਲੰਪਿਕ ਡਾਂਸ ਦੇ ਵਿੱਚ ਸਾਡਾ ਇੱਕ ਆਕਾਸ਼ਦੀਪ ਬੱਚਾ ਹੈ ਉਹ ਫਸਟ ਆਇਆ ਸੀ ਜੀ ਇੱਕ ਰੋਹਿਤ ਹੈ ਜੀ ਉਹ ਫਸਟ ਆਇਆ ਸੀਗਾ ਗੋਲਡ ਮੈਡਲ ਜਿੱਤਿਆ ਉਹਨੇ ਅਤੇ ਸਾਡੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੋਜ ਮੁਕਾਬਲਿਆਂ ਦੇ ਵਿੱਚ ਸਾਡੇ ਬੱਚਿਆਂ ਨੇ ਹਿੱਸਾ ਲਿਆ ਜਿੱਥੇ ਸਿੱਖਿਆ ਮੰਤਰੀ ਸਾਹਿਬ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਜੀ ਹੋਰ ਵੀ ਬਹੁਤ ਪ੍ਰਾਪਤੀਆਂ ਕੀਤੀਆਂ ਜੀ ਸਾਡੇ ਬੱਚਿਆਂ ਨੇ ਇੱਕ ਸਾਡਾ ਕਲਾਸਰੂਮ ਏਸੀ ਸਮਾਰਟ ਕਲਾਸਰੂਮ ਬਹੁਤ ਵਧੀਆ ਸਰ ਨੇ ਸਰ ਦੇ ਸਹਿਯੋਗ ਦੇ ਨਾਲ ਸਟਾਫ ਮੈਂਬਰ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਤਿਆਰ ਕਰਵਾਇਆ ਜੀ ਜਿੱਦਾਂ ਕਿ ਤੁਹਾਨੂੰ ਸਟੇਟ ਅਵਾਰਡ ਮਿਲ ਚੁੱਕਿਆ ਅੱਗੇ ਲਈ ਤੁਹਾਡੀ ਕੀ ਅਚੀਵਮੈਂਟ ਰਹੂਗੀ ਅੱਗੇ ਲਈ ਤੁਹਾਡਾ ਕੀ ਟਾਰਗੇਟ ਅੱਗੇ ਲਈ ਅਚੀਵਮੈਂਟ ਇਹ ਹੈ ਸਰ ਵੀ ਜਿਹੜੇ ਬੱਚੇ ਅਤੇ ਪੇਰੈਂਟਸ ਨੂੰ ਥੋੜ੍ਹਾ ਜਿਹਾ ਅੰਦਰ ਡਰ ਹੈ ਵੀ ਅਸੀਂ ਸਾਡੇ ਬੱਚੇ ਕੁਛ ਕਰ ਨਹੀਂ ਸਕਦੇ ਜਾਂ ਬਾਹਰ ਕੱਢਣ ਤੋਂ ਡਰਦੇ ਨੇ ਅਸੀਂ ਉਹਨਾਂ ਦੇ ਨਾਲ ਕੋਆਪਰੇਟ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਹੋਰ ਬੱਚਿਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜੀ ਦਾਖਲਾ ਵਧਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਅੱਗੇ ਤੋਂ ਮੇਰੀ ਕੋਸ਼ਿਸ਼ ਇਹ ਹੈ ਕਿ ਬੱਚਿਆਂ ਨੂੰ ਜੇ ਬੱਚੇ ਕੁਛ ਕਰ ਸਕਦੇ ਨੇ ਤਾਂ ਉਹਨਾਂ ਦੇ ਟੈਲੈਂਟ ਦੇ ਅਕੋਰਡਿੰਗਲੀ ਮੈਂ ਉਹਨਾਂ ਨੂੰ ਇੱਕ ਵੀ ਸਪੈਸ਼ਲ ਕੋਟੇ ਦੇ ਵਿੱਚ ਇੱਕ ਸਰਕਾਰੀ ਨੌਕਰੀ ਤੱਕ ਲੈ ਕੇ ਜਾਣਾ ਚਾਹੁੰਦੀ ਹਾਂ ਜੀ ਮੇਰਾ ਇਹ ਅਚੀਵਮੈਂਟ ਆ ਹਾਂਜੀ ਸਰ ਸਪੈਸ਼ਲ ਅਵਾਰਡ ਮੈਨੂੰ ਮਿਲਿਆ ਜੀ ਸਪੈਸ਼ਲ ਕੈਟਾਗਰੀ ਦੇ ਵਿੱਚ ਇਹ ਅਵਾਰਡ ਸਪੈਸ਼ਲ ਪੰਜਾਬ ਦੇ ਵਿੱਚ ਸਿਰਫ ਮੈਨੂੰ ਹੀ ਮਿਲਿਆ ਜੀ ਅੱਛਾ ਤੁਹਾਡਾ ਕੀ ਨਾਮ ਹੈ ਅਤੇ ਤੁਸੀਂ ਕਿਹੜੇ ਸਕੂਲ ਦੇ ਵਿੱਚ ਅਧਿਆਪਕ ਹੋ ਅਤੇ ਸਰ ਕਿਹੜਾ ਧੰਨਵਾਦ ਮੇਰਾ ਨਾਮ ਜਗਰੂਪ ਸਿੰਘ ਮੈਂ ਬਤੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੱਦੀ ਵਿਖੇ ਸੇਵਾ ਨਿਭਾ ਰਿਹਾ ਮੈਨੂੰ ਕੱਲ੍ਹ ਪੰਜਾਬ ਸਰਕਾਰ ਵੱਲੋਂ ਬਤੌਰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਰ ਕਿੰਨੀ ਕੁ ਵੱਡੀ ਉਪਲਬਧੀ ਸਮਝਦੇ ਹੋ ਇਸ ਚੀਜ਼ ਨੂੰ ਤੁਸੀਂ ਅਧਿਆਪਕ ਦਾ ਕੰਮ ਆ ਸਮਾਜ ਨੂੰ ਸੇਧ ਦੇਣਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਯਤਨ ਕਰਨਾ ਅਤੇ ਸਰਕਾਰ ਵੱਲੋਂ ਸਾਨੂੰ ਸਾਡੀਆਂ ਇਹਨਾਂ ਕੀਤੇ ਕੰਮਾਂ ਦੇ ਲਈ ਸਨਮਾਨਿਤ ਕੀਤਾ ਗਿਆ ਹੈ ਮੈਂ ਇਸ ਲਈ ਸਰਕਾਰ ਦਾ ਸ਼ੁਕਰਗੁਜ਼ਾਰ ਹਾਂ ਬਹੁਤ ਵੱਡੀ ਮਾਣ ਵਾਲੀ ਗੱਲ ਆ ਇਹ ਮਾਣ ਦੇ ਬਾਅਦ ਮੈਨੂੰ ਹੋਰ ਆਪਣੀ ਡਿਊਟੀ ਹੈ ਜਿਹੜੀ ਤਨਦੇਹੀ ਨਾਲ ਨਿਭਾਉਣ ਦੇ ਲਈ ਮਤਲਬ ਪ੍ਰੇਰਿਤ ਕਰਦਾ ਹੈ ਮਾਣ ਸਰਕਾਰ ਅਤੇ ਸਰ ਬਤੌਰ ਅਧਿਆਪਕ ਤੁਸੀਂ ਕਿੰਨੇ ਚਿਰ ਤੋਂ ਜਿਹੜੀ ਹੈਗੀ ਆ ਸੇਵਾ ਨਿਭਾ ਮੈਂ 14 ਸਾਲ ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਿਹਾ ਹਾਂ ਲਗਭਗ 9 ਸਾਲ ਮੈਂ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਦਹੇੜੂ ਵਿਖੇ ਅਤੇ ਲਗਭਗ 5 ਸਾਲ ਤੋਂ ਇੱਥੇ ਬਤੌਰ ਮੁੱਖ ਅਧਿਆਪਕ ਮੈਂ ਕੰਮ ਕਰ ਰਿਹਾ ਅਤੇ ਸਰ ਸਰਕਾਰ ਨੇ ਕਿਹੜੀਆਂ ਤੁਹਾਡੀਆਂ ਉਪਲੱਬਧੀਆਂ ਦੇਖ ਕੇ ਜਿਹੜਾ ਅਵਾਰਡ ਨਾਲ ਸਨਮਾਨ ਮੁੱਖ ਰੂਪ ਦੇ ਵਿੱਚ ਬੱਚੇ ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਜਿਸ ਵਿੱਚ ਸਾਡਾ ਸਕੂਲ ਦਾ ਮਾਹੌਲ ਪੜ੍ਹਾਈ ਦਾ ਪੱਧਰ ਸਕੂਲ ਦੀ ਬਿਲਡਿੰਗ ਅਤੇ ਬੱਚਿਆਂ ਦੀ ਗਿਣਤੀ ਵਿੱਚ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੋਇਆ ਵਾਧਾ ਇਹਨਾਂ ਮੈਨੂੰ ਲੱਗਦਾ ਕੁਝ ਗੱਲਾਂ ਦੇਖ ਕੇ ਸਰਕਾਰ ਵੱਲੋਂ ਮੈਨੂੰ ਇਹ ਮਾਣ ਸਤਿਕਾਰ ਦਿੱਤਾ ਗਿਆ ਅੱਗੇ ਲਈ ਤੁਹਾਡਾ ਕੀ ਟਾਰਗੇਟ ਹੋਊਗਾ ਕਿਉਂਕਿ ਤੁਹਾਨੂੰ ਹੁਣ ਜਿਹੜਾ ਸਟੇਟ ਅਵਾਰਡ ਵੀ ਮਿਲ ਚੁੱਕਾ ਅਵਾਰਡ ਮਿਲਣ ਤੋਂ ਬਾਅਦ ਮੈਨੂੰ ਲੱਗਦਾ ਕਿ ਮੇਰੀ ਜ਼ਿੰਮੇਵਾਰੀ ਹੋਰ ਵੱਧ ਗਈ ਆ ਮੇਰੇ ਤੋਂ ਆਸਾਂ ਅਤੇ ਉਮੀਦਾਂ ਨੇ ਜਿਹੜੀਆਂ ਉਹ ਹੋਰ ਵੱਧ ਗਈਆਂ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਸਰਕਾਰ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰਾ ਉਤਰੂੰਗਾ ਅਤੇ ਆਪਣਾ ਪੂਰਾ ਤਨਦੇਹੀ ਦੇ ਨਾਲ ਹੋਰ ਵੀ ਅੱਗੋਂ ਤੋਂ ਜ਼ੋਰ ਲਗਾ ਕੇ ਬੱਚਿਆਂ ਦੇ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਦਾ ਰਹੂੰਗਾ ਅਤੇ ਸਰ ਸਭ ਤੋਂ ਵੱਧ ਤੁਸੀਂ ਕਿਹਦਾ ਯੋਗਦਾਨ ਮੰਨਦੇ ਹੋ ਆਪਣੇ ਸਟਾਫ ਦਾ ਘਰਦਿਆਂ ਦਾ ਕਿਸ ਤਰ੍ਹਾਂ ਤੁਸੀਂ ਯੋਗਦਾਨ ਮੰਨਦੇ ਹੋ ਜਾਂ ਪਿੰਡ ਵਾਸੀਆਂ ਦਾ ਅਗਰ ਕੋਈ ਇਹੀ ਪ੍ਰਾਪਤੀ ਹੁੰਦੀ ਹੈ ਤਾਂ ਇਹਦੇ ਵਿੱਚ ਕੋਈ ਇੱਕ ਨਹੀਂ ਅਨੇਕਾਂ ਸ਼ਖਸੀਅਤਾਂ ਦਾ ਯੋਗਦਾਨ ਹੁੰਦਾ ਹੈ ਜਿੱਥੇ ਮੇਰਾ ਪਰਿਵਾਰ ਮੇਰੇ ਨਾਲ ਆ ਮੇਰਾ ਸਟਾਫ ਮੇਰੇ ਨਾਲ ਆ ਮੇਰੇ ਨਗਰ ਦੇ ਵਿੱਚੋਂ ਮੈਨੂੰ ਸਹਿਯੋਗ ਆ ਉੱਥੇ ਮੇਰੇ ਸਾਥੀ ਅਧਿਆਪਕ ਜੋ ਸਦਾ ਮੈਨੂੰ ਕੰਮ ਦੇ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਆਦਿ ਸਭ ਦਾ ਵੱਡਾ ਯੋਗਦਾਨ ਆ ਜਿਨ੍ਹਾਂ ਦੇ ਸਦਕਾ ਮੈਂ ਅੱਜ ਇਸ ਪ੍ਰਾਪਤੀ ਕਰਨ ਵਿੱਚ ਸਫਲ ਹੋਇਆ ਹਾਂ ਇਹ ਜਿਹੜਾ ਸਕੂਲ ਆ ਮੇਰੇ ਬਲਾਕ ਖੰਨਾਵੰਦ ਦਾ ਸਰਕਟ ਸਕੂਲ ਆ ਇੱਥੇ ਬੱਚਿਆਂ ਦੀ ਗਿਣਤੀ ਲਗਾਤਾਰ ਪਿਛਲੇ 5-6 ਸਾਲਾਂ ਤੋਂ ਵੱਧ ਰਹੀ ਆ ਟੋਟਲ ਅਤੇ ਜਿਹੜਾ ਅਵਾਰਡ ਮਿਲਿਆ ਸਾਡੇ ਮੈਡਮ ਰਸ਼ਪਾਲ ਕੌਰ ਨੇ ਆਈ ਵੀ ਟੀਚਰ ਨੇ ਸਪੈਸ਼ਲ ਬੱਚਿਆਂ ਨੂੰ ਐਜੂਕੇਟ ਕਰਦੇ ਨੇ
उन्होंने मेहनत से समूह स्टाफ के स्कूल मुखी की मेहनत के सदका यह अवार्ड मिले। तो मैं इस गल पंजाब सरकार का धन्यवाद भी करना चाहना भी ता कि यह अवार्ड नवा शुरू किया है ताकि साढ़े टीचर होर मोटीवेशन मिले तो वह अगे तो होर मेहनत करन। तो मैनू ये कहते हुए बहुत खुशी महसूस हो रही है कि साढ़े जो खन्ने तहसील के तीन अवार्ड मिले ने यह साढ़े लिए बहुत माण की गल है। मैं ब्लाक प्राइमरी एजुकेशन अफिसर खन्ना बन जी रणजोत सिंह।